ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ ਯੂਟਿਊਬ ਚੈਨਲ ਪੀ ਐੱਸ ਟੈਟ ਸਟੱਡੀ ਨੋਟਸ ਦੇ ਉੱਪਰ ਜੀ। ਮਾਸਟਰ ਕਾਰਡ SST ਔਰ ETT ਦਾ ਸੈਕਿੰਡ ਇਗਜ਼ਾਮ ਦੇਣ ਜਾ ਰਿਹਾ ਵਿਦਿਆਰਥੀਆਂ ਦੇ ਲਈ। ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਹਿਸਟਰੀ ਔਫ ਪੰਜਾਬ ਦੇ ਵਿੱਚੋਂ ਸਿੱਖ ਧਰਮ ਦੇ 7ਵੇਂ ਗੁਰੂ ਸ਼੍ਰੀ ਗੁਰੂ ਹਰਿਰਾਏ ਜੀ ਦੇ ਜੀਵਨ ਅਤੇ ਉਹਨਾਂ ਦੇ ਸਮੇਂ 'ਚ ਹੋਈਆਂ ਮਹੱਤਵਪੂਰਨ ਘਟਨਾਵਾਂ ਦੇ ਨਾਲ ਰਿਲੇਟਡ ਜਿਹੜੇ ਇੰਪੋਰਟੈਂਟ ਕੁਐਸਚਨ ਨੇ ਉਹ ਕਰਾਂਗੇ ਜੀ। ਔਰ ਜਿਹੜੇ ਵਿਦਿਆਰਥੀ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ, ਇਸ ਤੋਂ ਪਹਿਲਾਂ ਅਸੀਂ 6 ਗੁਰੂ ਸਾਹਿਬਾਨ ਔਰ ਇਸ ਤੋਂ ਇਲਾਵਾ ਪੰਜਾਬ ਦੀ ਇਤਿਹਾਸਿਕ ਜਿਹੜੀ ਸੋਰੀ ਭੂਗੋਲਿਕ ਸਥਿਤੀ ਅਤੇ ਉਸਦਾ ਇਤਿਹਾਸ 'ਤੇ ਕੀ ਪ੍ਰਭਾਵ ਪਿਆ, ਇਹ ਟੋਪਿਕ ਆਪਾਂ ਡਿਸਕਸ ਕਰ ਚੁੱਕੇ ਹਾਂ ਜੀ। ਔਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਪਲੇਲਿਸਟ ਵਿੱਚ ਜਾ ਕੇ ਇਸ ਤੋਂ ਪਹਿਲਾਂ ਜਿੰਨੀਆਂ ਵੀ ਅਪਲੋਡ ਵੀਡੀਓ ਨੇ ਉਹ ਦੇਖ ਸਕਦੇ ਹੋ। ਔਰ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਉਹਨਾਂ ਵੀਡੀਓ ਦਾ ਲਿੰਕ ਮਿਲ ਜੂਗਾ ਜੀ। ਔਰ ਇਸ ਤੋਂ ਇਲਾਵਾ ਜਿਹੜੇ ਵਿਦਿਆਰਥੀ SST ਮਾਸਟਰ ਕਾਰਡ ਦੀ ਪ੍ਰੈਪਰੇਸ਼ਨ ਕਰ ਰਹੇ ਨੇ ਜੀ, ਉਹਨਾਂ ਵਾਸਤੇ ਸਿਕਸ ਜੋਗ੍ਰਾਫੀ ਔਰ ਹਿਸਟਰੀ ਦੇ ਜਿਹੜੇ PSTET ਦੇ ਪ੍ਰੈਕਟਿਸ ਸੈੱਟ ਸੀ, ਸੋ ਉਹ ਵੀ ਇੰਪੋਰਟੈਂਟ ਹੈ ਜੀ, ਉਹ ਵੀ ਤੁਸੀਂ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਲਿੰਕ 'ਤੇ ਕਲਿੱਕ ਕਰਕੇ, ਜਾਂ ਵੀਡੀਓ ਦੇ ਅੰਤ ਦੇ ਵਿੱਚ ਜਿਹੜੀ ਪਲੇਲਿਸਟ ਸ਼ੋ ਹੋਊਗੀ ਉਸ ਨੂੰ ਟੱਚ ਕਰਕੇ ਜੀ। ਸੋ ਸਟਾਰਟ ਕਰਦੇ ਹਾਂ ਜੀ ਅੱਜ ਦਾ ਟੋਪਿਕ। ਔਰ ਅੱਜ ਦਾ ਟੋਪਿਕ ਹੈ ਜੀ ਆਪਣਾ ਸਿੱਖ ਧਰਮ ਦੇ 7ਵੇਂ ਗੁਰੂ ਸ਼੍ਰੀ ਗੁਰੂ ਹਰਿਰਾਏ ਜੀ। ਸੋ ਕਈ ਵਾਰੀ ਕੁਸ਼ਚਨ ਆ ਜਾਂਦਾ ਕਿ ਸਿੱਖ ਧਰਮ ਦੇ 7ਵੇਂ ਗੁਰੂ ਕੌਣ ਸੀ, ਤਾਂ ਸ਼੍ਰੀ ਗੁਰੂ ਹਰਿਰਾਏ ਜੀ ਸੀ ਜੀ। ਔਰ ਜਿਨ੍ਹਾਂ ਦਾ ਗੁਰੂ ਕਾਲ 1645 ਈਸਵੀ ਤੋਂ ਲੈ ਕੇ 1661 ਈਸਵੀ ਤੱਕ ਰਿਹਾ ਜੀ। ਜਨਮ ਉਹਨਾਂ ਦਾ ਜਿਹੜਾ ਹੈ 30 ਜਨਵਰੀ 1630 ਈਸਵੀ ਨੂੰ ਹੋਇਆ ਸੀ ਜੀ। ਸਥਾਨ ਸੀ ਜੀ ਸ਼ੀਸ਼ ਮਹਿਲ, ਕੀਰਤਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਜੀ। ਉਹਨਾਂ ਦੇ ਪਿਤਾ ਦਾ ਨਾਂ ਬਾਬਾ ਗੁਰਦਿੱਤਾ ਸੀ ਜੀ, ਜੋ ਕਿ 6ਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਪੁੱਤਰ ਸੀ ਜੀ। ਔਰ ਜਿਹੜੇ ਸ਼੍ਰੀ ਗੁਰੂ ਹਰਿਰਾਏ ਜੀ ਨੇ ਇਹ ਰਿਸ਼ਤੇ ਦੇ ਵਿੱਚ ਜਿਹੜੇ ਪੋਤਰੇ ਲੱਗਦੇ ਸੀ ਜੀ 6ਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ। ਉਹਨਾਂ ਦੀ ਮਾਤਾ ਦਾ ਨਾਂ ਨਿਹਾਲ ਕੌਰ, 29 ਅਤੇ 29 ਜਿਹੜਾ ਹੈ ਉਸਨੂੰ ਕਿਹਾ ਜਾਂਦਾ ਸੀ ਨਿਹਾਲ ਕੌਰ ਜੀ ਸਨ, ਜਾਂ 29 ਜਾਂ 29-20 ਜਿਹੜਾ ਹੈ ਲਿਖਿਆ ਆ ਸਕਦਾ ਜੀ ਇਗਜ਼ਾਮ 'ਚ। ਔਰ ਵਿਆਹ ਜਿਹੜਾ ਉਹਨਾਂ ਦਾ ਅਨੂਪ ਸ਼ਹਿਰ ਉੱਤਰ ਪ੍ਰਦੇਸ਼ ਦੀ ਨਿਵਾਸੀ ਦਇਆ ਰਾਮ ਦੀ ਸੁਪੁੱਤਰੀ ਮਾਤਾ ਕਿਸ਼ਨ ਕੌਰ, ਔਰ ਜਿਸਨੂੰ ਸੁਲੱਖਣੀ ਵੀ ਕਿਹਾ ਜਾਂਦਾ ਹੈ, ਉਹਨਾਂ ਦੇ ਨਾਲ ਹੋਇਆ ਜੀ। ਸੰਤਾਨ ਸੀ ਜੀ ਉਹਨਾਂ ਦੇ 2 ਸੁਪੁੱਤਰ ਸੀ ਜੀ, ਸ਼੍ਰੀ ਰਾਮ ਰਾਏ ਜੀ ਅਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਜੋ ਬਾਅਦ ਦੇ ਵਿੱਚ 8ਵੇਂ ਗੁਰੂ ਬਣੇ ਜੀ ਸਿੱਖ ਧਰਮ ਦੇ। ਔਰ ਸਮਕਾਲੀਨ ਉਹਨਾਂ ਦੇ ਸ਼ਾਸਕ ਸੀ ਜੀ ਔਰੰਗਜ਼ੇਬ, ਔਰ ਗੁਰਿਆਈ ਉਹਨਾਂ ਨੂੰ ਜਿਹੜੀ ਮਿਲੀ ਸੀ ਉਹ ਕੀਰਤਪੁਰ ਜ਼ਿਲ੍ਹਾ ਹੁਸ਼ਿਆਰਪੁਰ ਮਾਰਚ 1945 ਈਸਵੀ ਦੇ ਵਿੱਚ ਮਿਲੀ ਸੀ। ਔਰ ਜੋਤੀ ਜੋਤ ਗੁਰੂ ਜੀ ਸਮਾਏ ਸੀ ਜੀ 6 ਅਕਤੂਬਰ 1661 ਈਸਵੀ ਨੂੰ ਕੀਰਤਪੁਰ ਦੇ ਵਿੱਚ ਜੀ। ਸੋ ਇਸ ਦੇ ਨਾਲ ਰਿਲੇਟਡ ਬਹੁਤ ਸਾਰੇ ਕੁਸ਼ਚਨ ਆ ਜਾਂਦੇ ਨੇ, ਜਨਮ ਕਦੋਂ ਹੋਇਆ, ਜਾਂ ਜਿਹੜਾ ਹੈ ਜੋਤੀ ਜੋਤ ਕਦੋਂ ਸਮਾਏ, ਸਮਕਾਲੀਨ ਸ਼ਾਸਕ ਕੌਣ ਸੀ, ਬਹੁਤ ਇੰਪੋਰਟੈਂਟ ਕੁਸ਼ਚਨ ਹੈ ਜੀ। ਔਰ ਉੱਤਰਾਧਿਕਾਰੀ ਉਹਨਾਂ ਨੇ ਬਣਾਇਆ ਸੀ ਜੀ ਆਪਣਾ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ, ਜੋ ਕਿ ਉਹਨਾਂ ਦੇ ਛੋਟੇ ਸਪੁੱਤਰ ਸੀ ਜੀ। ਅੱਗੇ ਗੱਲ ਕਰਾਂਗੇ ਜੀ ਉਹਨਾਂ ਦੇ ਸਿੱਖ ਧਰਮ ਦੇ ਵਿੱਚ ਯੋਗਦਾਨ ਜਾਂ ਉਹਨਾਂ ਦੇ ਸਮੇਂ ਹੋਈਆਂ ਮਹੱਤਵਪੂਰਨ ਘਟਨਾਵਾਂ ਦਾ ਜੀ। ਸਭ ਤੋਂ ਪਹਿਲਾਂ ਜੀ ਸਿੱਖ ਧਰਮ ਦਾ ਪ੍ਰਚਾਰ ਜੀ। ਸੋ ਗੁਰੂ ਜੀ ਦਾ ਜਿਹੜਾ ਕਾਲ ਹੈ ਬਹੁਤ ਸ਼ਾਂਤੀਪੂਰਵਕ ਜਿਹੜਾ ਹੈ ਰਿਹਾ, ਔਰ ਸ਼ਾਂਤੀ ਪਸੰਦ ਸੀ ਜੀ ਗੁਰੂ ਜੀ। ਹਾਲਾਂਕਿ ਜਿਹੜਾ ਹੈ ਗੁਰੂ ਹਰਗੋਬਿੰਦ ਜੀ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ, ਔਰ ਉਹਨਾਂ ਦੇ ਹੁਕਮ ਦੇ ਅਨੁਸਾਰ ਉਹਨਾਂ ਨੇ 2200 ਘੋੜ ਸਵਾਰ ਜਿਹੜੇ ਸੈਨਿਕ ਰੱਖੇ ਸੀ, ਪਰ ਸੈਨਿਕ ਕੰਮਾਂ ਦੇ ਵਿੱਚ ਉਹਨਾਂ ਦੀ ਜ਼ਿਆਦਾ ਦਿਲਚਸਪੀ ਨਹੀਂ ਸੀ, ਔਰ ਉਹਨਾਂ ਨੇ ਪੂਰਨ ਤੌਰ 'ਤੇ ਜਿਹੜੀ ਸ਼ਾਂਤੀ ਦੀ ਨੀਤੀ ਅਪਣਾਈ। ਔਰ ਗੁਰੂ ਹਰਿਰਾਏ ਜੀ ਦੇ ਸਮੇਂ ਵਿੱਚ ਬਹੁਤ ਸਾਰੇ ਵਿਅਕਤੀਆਂ ਨੇ ਜਿਹੜਾ ਹੈ ਸਿੱਖ ਧਰਮ ਦੇ ਵਿੱਚ ਪ੍ਰਵੇਸ਼ ਕੀਤਾ, ਜਿਨ੍ਹਾਂ ਵਿੱਚੋਂ ਭਗਤ ਕੀਰ, ਭਾਈ ਸੰਗਤੀਆ ਅਤੇ ਭਾਈ ਗੋਂਦਾ ਦੇ ਨਾਂ ਪ੍ਰਸਿੱਧ ਨੇ ਜੀ। ਔਰ ਗੁਰੂ ਜੀ ਨੇ ਜਿਹੜਾ ਹੈ ਜਿਹੜਾ ਸੀ ਭਾਈ ਸੰਗਤੀਆ ਸੀ ਉਹਨਾਂ ਦਾ ਨਾਂ ਭਾਈ ਫੇਰੂ ਰੱਖਿਆ ਸੀ, ਅਤੇ ਉਸਨੂੰ ਜਿਹੜਾ ਹੈ ਕੇਂਦਰੀ ਪੰਜਾਬ ਦੇ ਲਾਹੌਰ, ਕਸੂਰ, ਚੂਨੀਆ ਆਦਿ ਇਲਾਕਿਆਂ ਦੇ ਵਿੱਚ ਪ੍ਰਚਾਰਕ ਥਾਪਿਆ ਸੀ। ਔਰ ਇਸੇ ਤਰ੍ਹਾਂ ਭਾਈ ਪੰਜਾਬ, ਭਾਈ ਭਗਤ, ਭਾਈ ਭੂੰਦੜ ਨੂੰ ਮਾਲਵੇ ਵਿੱਚ ਪ੍ਰਚਾਰ ਕਰਨ ਅਤੇ ਸੰਗਤਾਂ ਸਥਾਪਿਤ ਕਰਨ ਲਈ ਨਿਯੁਕਤ ਕੀਤਾ ਸੀ। ਔਰ ਗੁਰੂ ਜੀ ਨੇ ਖੁਦ ਵੀ ਜਿਹੜੀਆਂ ਧਾਰਮਿਕ ਯਾਤਰਾਵਾਂ ਕੀਤੀਆਂ ਸੀ, ਉਹ ਪਹਿਲਾਂ ਕਰਤਾਰਪੁਰ ਜਾ ਠਹਿਰੇ, ਉੱਥੇ ਉਹ ਮੁਕੰਦਪੁਰ ਜਲੰਧਰ ਗਏ, ਮੁਕੰਦਪੁਰ ਤੋਂ ਉਹ ਦੁਸਾਂਝ ਗਏ, ਸੋ ਇੱਥੇ ਕੁਝ ਸਮਾਂ ਠਹਿਰ ਕੇ ਉਹ ਮਾਲਵਾ ਪੁੱਜੇ ਸਨ। ਯਾਨੀ ਕਿ ਜ਼ਿਆਦਾਤਰ ਜਿਹੜਾ ਸਮਾਂ ਉਹਨਾਂ ਨੇ ਧਰਮ ਦੇ ਪ੍ਰਚਾਰ ਦੇ ਵਿੱਚ ਲਗਾਇਆ ਸੀ ਜੀ। ਦੂਸਰਾ ਹੈ ਜੀ ਗੁਰੂ ਹਰਿਰਾਏ ਦਾ ਫੂਲ ਨੂੰ ਵਰਦਾਨ ਜੀ। ਸੋ ਜਰਨਲ ਜੀਆਂ ਗੱਲਾਂ ਨੇ ਜੀ। ਸੋ ਆਪਣੇ ਪ੍ਰਚਾਰ ਦੌਰਿਆਂ ਸਮੇਂ ਮਾਲਵੇ ਦੇ ਇੱਕ ਪਿੰਡ ਵਿੱਚ ਕਹਿੰਦੇ ਗੁਰੂ ਜੀ ਨਥਾਣਾ ਬਠਿੰਡਾ ਵਿਖੇ ਕਾਲਾ ਅਤੇ ਕਰਮਚੰਦ 2 ਸਕੇ ਭਰਾ ਸੀ ਜੀ, ਉਹ ਗੁਰੂ ਜੀ ਦੇ ਦਰਸ਼ਨ ਲਈ ਆਇਆ ਕਰਦੇ ਸੀ। ਔਰ ਇੱਕ ਦਿਨ ਕਾਲਾ ਆਪਣੇ 2 ਭਤੀਜਿਆਂ ਸੰਦਲੀ ਅਤੇ ਫੂਲ ਨੂੰ ਵੀ ਆਪਣੇ ਨਾਲ ਲੈ ਕੇ ਆਇਆ, ਔਰ ਫੂਲ ਗੁਰੂ ਸਾਹਿਬ ਦੇ ਸਾਹਮਣੇ ਖਲੋ ਕੇ ਆਪਣੇ ਢਿੱਡ ਉੱਤੇ ਹੱਥ ਫੇਰ ਲੱਗਾ। ਔਰ ਜਦੋਂ ਗੁਰੂ ਜੀ ਨੇ ਕਾਲੇ ਤੋਂ ਇਸ ਬਾਰੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਫੂਲ ਹੈ ਉਹ ਗੂੰਗਾ ਹੈ ਔਰ ਭੁੱਖ ਲੱਗਣ ਕਰਕੇ ਜਿਹੜਾ ਹੈ ਢਿੱਡ ਦੇ ਉੱਪਰ ਹੱਥ ਫੇਰ ਰਿਹਾ, ਤਾਂ ਗੁਰੂ ਜੀ ਨੇ ਉਸਨੂੰ ਵਰਦਾਨ ਦਿੱਤਾ ਸੀ ਕਿ ਉਹ ਮਹਾਨ ਪ੍ਰਸਿੱਧ ਅਤੇ ਧਨਵਾਨ ਵਿਅਕਤੀ ਬਣੇਗਾ, ਔਰ ਉਸ ਦੀ ਜਿਹੜੀ ਸੰਤਾਨ ਉਹਦੇ ਜਿਹੜੇ ਬੱਚੇ ਨੇ ਉਹਨਾਂ ਦੇ ਘੋੜੇ ਜਮਣਾ ਦਾ ਪਾਣੀ ਪੀਣਗੇ, ਔਰ ਕਈ ਪੀੜ੍ਹੀਆਂ ਤੱਕ ਜਿਹੜਾ ਉਹ ਰਾਜ ਕਰਨਗੇ।
ਕਹਿੰਦੇ ਗੁਰੂ ਜੀ ਦੀ ਜਿਹੜੀ ਇਹ ਗੱਲ ਹੈ ਉਹ ਵਾਰ ਜਿਹੜਾ ਠੀਕ ਨਿਕਲਿਆ ਔਰ ਪਟਿਆਲਾ ਨਾਭਾ ਅਤੇ ਜੀਂਦ ਦੀਆਂ ਰਿਆਸਤਾਂ ਦੇ ਰਾਜੇ ਫੂਲ ਦੀ ਸੰਤਾਨ ਦੇ ਵਿੱਚੋਂ ਹੋਏ ਜੀ। ਸੋ ਅੱਗੇ ਸੀ ਜੀ ਦਾਰਾ ਸ਼ਿਕੋਹ ਦੀ ਸਹਾਇਤਾ ਜੀ ਔਰ 1658 ਈਸਵੀ ਦੇ ਵਿੱਚ ਮੁਗਲ ਸਾਮਰਾਟ ਸ਼ਾਹਜਹਾਂ ਦੇ ਪੁੱਤਰਾਂ ਵਿਚਕਾਰ ਰਾਜ ਗੱਦੀ ਵਾਸਤੇ ਯੁੱਧ ਛਿੜ ਗਿਆ ਜੀ ਔਰ ਇਸ ਯੁੱਧ ਵਿੱਚ ਔਰੰਗਜ਼ੇਬ ਜੇਤੂ ਹੋਇਆ। ਸਾਮੂਗੜ੍ਹ ਦਾ ਯੁੱਧ 1658 ਈਸਵੀ ਦੇ ਵਿੱਚ ਜੋ ਹੋਇਆ ਸੀ ਜੀ ਉਸ ਵਿੱਚ ਹਾਰ ਖਾਣ ਪਿੱਛੋਂ ਦਾਰਾ ਸ਼ਿਕੋਹ ਪੰਜਾਬ ਦੇ ਵੱਲ ਦੌੜਿਆ ਔਰ ਉਸਨੇ ਗੁਰੂ ਹਰ ਰਾਏ ਜੀ ਨਾਲ ਮਿੱਤਰਾਪੂਰਨ ਸੰਬੰਧ ਸਨ। ਸੋ ਇਸ ਕਰਕੇ ਉਹ ਆਪ ਉਦਾਰ ਅਤੇ ਧਾਰਮਿਕ ਵਿਚਾਰ ਵਾਲਾ ਮੁਸਲਮਾਨ ਸੀ, ਗੁਰੂ ਜੀ ਕੋਲ ਦੇ ਆ ਗਿਆ ਜੀ ਔਰ ਗੁਰੂ ਜੀ ਨੇ ਜਿਹੜੀ ਦਾਰਾ ਸ਼ਿਕੋਹ ਦੀ ਸਹਾਇਤਾ ਕੀਤੀ ਔਰ ਉਸਨੂੰ ਜਿਹੜਾ ਸ਼ੁਭ ਇਛਾਵਾਂ ਦਿੱਤੀਆਂ ਜੀ। ਤੀਸਰਾ ਔਰੰਗਜ਼ੇਬ ਦਾ ਗੁਰੂ ਹਰ ਰਾਏ ਜੀ ਨੂੰ ਦਿੱਲੀ ਬੁਲਾਉਣਾ ਜੀ ਔਰ ਇਸੇ ਸਮੇਂ ਦੇ ਦੌਰਾਨ ਜਿਹੜਾ ਹੈ ਰਾਜਗੱਦੀ ਸੰਭਾਲਣ ਤੋਂ ਬਾਅਦ ਔਰੰਗਜ਼ੇਬ ਨੇ ਗੁਰੂ ਹਰ ਰਾਏ ਜੀ ਨੂੰ ਦਿੱਲੀ ਬੁਲਾਇਆ। ਇੱਕ ਤਾਂ ਉਹ ਗੁਰੂ ਜੀ ਨੂੰ ਉਹਨਾਂ ਵੱਲੋਂ ਦਾਰਾ ਸ਼ਿਕੋਹ ਜੋ ਉਸਦਾ ਭਰਾ ਸੀ ਔਰੰਗਜ਼ੇਬ ਦਾ ਸੋ ਉਸਨੂੰ ਦਿੱਤੀ ਸਹਾਇਤਾ ਬਾਰੇ ਪੁੱਛਣਾ ਚਾਹੁੰਦੇ ਸੀ ਔਰ ਦੂਸਰਾ ਗੁਰੂ ਜੀ ਤੋਂ ਇਹ ਵੀ ਪੁੱਛਣਾ ਚਾਹੁੰਦੇ ਸੀ ਕਿ ਕਿਧਰੇ ਸਿੱਖ ਧਰਮ ਜਿਹੜਾ ਹੈ ਮੁਸਲਿਮ ਧਰਮ ਦੇ ਖਿਲਾਫ਼ ਤਾਂ ਨਹੀਂ। ਤਾਂ ਗੁਰੂ ਜੀ ਨੇ ਜਿਹੜਾ ਹੈ ਆਪ ਜਾਣ ਦੀ ਥਾਂ ਆਪਣੇ 14-15 ਸਾਲ ਦੇ ਵੱਡੇ ਪੁੱਤਰ ਸੀ ਜੀ ਉਹਨਾਂ ਦੇ ਰਾਮ ਰਾਏ ਉਹਨਾਂ ਨੂੰ ਭੇਜ ਦਿੱਤਾ ਔਰ ਔਰੰਗਜ਼ੇਬ ਜੀ ਤੋਂ ਨੇ ਔਰੰਗਜ਼ੇਬ ਨੇ ਜਿਹੜਾ ਉਸ ਤੋਂ ਆਸਾ ਦੀ ਵਾਰ ਜੋ ਕਿ ਗੁਰੂ ਨਾਨਕ ਦੇਵ ਜੀ ਦੀ ਰਚੀ ਹੋਈ ਹੈ ਜੀ ਉਸ ਵਿੱਚ ਜਿਹੜਾ ਸ਼ਲੋਕ ਸੀ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁੰਮਿਆਰ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਸੋ ਉਸ ਬਾਰੇ ਜਦੋਂ ਸਪਸ਼ਟੀਕਰਨ ਮੰਗਿਆ ਮੁਸਲਮਾਨ ਸ਼ਬਦ ਦਾ ਤਾਂ ਰਾਮ ਰਾਏ ਨੇ ਬੜੀ ਚਤਰਾਈ ਨਾਲ ਜਵਾਬ ਦਿੱਤਾ ਕਿ ਇਸ ਸਲੋਕ ਵਿੱਚ ਮੁਸਲਮਾਨ ਸ਼ਬਦ ਗਲਤੀ ਨਾਲ ਲਿਖਿਆ ਗਿਆ ਸੋ ਇਸ ਦੀ ਥਾਂ 'ਤੇ ਅਸਲੀ ਸ਼ਬਦ ਬੇਈਮਾਨ ਹੈ। ਇਸ ਉੱਤਰ ਨਾਲ ਮੁਗਲ ਸਾਮਰਾਟ ਔਰੰਗਜ਼ੇਬ ਭਾਵੇਂ ਤਸੱਲੀ ਹੋ ਗਈ ਖੁਸ਼ ਹੋ ਗਿਆ ਪਰ ਗੁਰੂ ਹਰ ਰਾਏ ਜੀ ਜੇ ਉਸ ਤੋਂ ਦੁਖੀ ਹੋ ਗਏ ਰਾਮ ਰਾਏ ਤੋਂ। ਇਸੇ ਕਾਰਨ ਜਿਹੜਾ ਹੈ ਉਹਨਾਂ ਨੇ ਗੁਰਗੱਦੀ ਆਪਣੇ ਛੋਟੇ ਪੁੱਤਰ ਗੁਰੂ ਹਰਕ੍ਰਿਸ਼ਨ ਜੀ ਨੂੰ ਜਿਹੜੀ ਆ ਉਹ ਦੇ ਦਿੱਤੀ ਸੀ ਜੀ। ਸੋ ਅੱਗੇ ਕਰਾਂਗੇ ਜੀ ਇਸ ਦੇ ਨਾਲ ਰਿਲੇਟਡ ਐਮ ਸੀ ਕਿਊਜ਼। ਫਸਟ ਕੁਸ਼ਚਨ ਹੈ ਜੀ ਗੁਰੂ ਹਰ ਰਾਏ ਜੀ ਦਾ ਗੁਰੂ ਕਾਲ ਕੀ ਸੀ ਤਾਂ ਇਹ ਆਪਾਂ ਡਿਸਕਸ ਕਰ ਹੀ ਚੁੱਕੇ ਹਾਂ ਜੀ ਉੱਪਰ। ਆਪਸ਼ਨ ਸੀ ਇਸ ਦਾ ਸਹੀ ਆਂਸਰ ਆਏਗਾ ਜੀ 1645 ਤੋਂ 1661 ਈਸਵੀ ਦੇ ਵਿੱਚ ਜੀ। ਐਮ ਸੀ ਕਿਊਜ਼ ਜਿਹੜੇ ਨੇ ਪਹਿਲਾਂ ਜਿਹੜੇ ਆਪਾਂ ਬਰੀਫ ਦੇ ਵਿੱਚ ਜੀਵਨ ਕੀਤਾ ਜੀ ਉਸਨੂੰ ਸੁਣਨ ਤੋਂ ਬਾਅਦ ਤੁਸੀਂ ਜੇਕਰ ਖੁਦ ਕਰੋ ਤਾਂ ਜ਼ਿਆਦਾ ਵਧੀਆ ਜੀ। ਸੋ ਕੁਸ਼ਚਨ ਨੰਬਰ 2 ਹੈ ਜੀ ਸ਼੍ਰੀ ਗੁਰੂ ਹਰ ਰਾਏ ਜੀ ਕਿਸ ਦੇ ਪੋਤਰੇ ਸਨ ਜੀ ਤਾਂ ਇਸਦਾ ਜਿਹੜਾ ਸਹੀ ਆਂਸਰ ਹੈ ਜੀ ਆਪਸ਼ਨ ਏ ਹੈ ਜੀ ਸ਼੍ਰੀ ਗੁਰੂ ਹਰਗੋਬਿੰਦ ਜੀ। ਸੋ ਛੇਵੇਂ ਗੁਰੂ ਜੀ ਦੇ ਪੋਤਰੇ ਸਨ ਔਰ ਬਾਬਾ ਗੁਰਦਿੱਤਾ ਜੀ ਜੋ ਕਿ ਗੁਰੂ ਹਰਗੋਬਿੰਦ ਜੀ ਦੇ ਪੁੱਤਰ ਸਨ ਉਹਨਾਂ ਦੇ ਪੁੱਤਰ ਸੀ ਜੀ ਗੁਰੂ ਹਰ ਰਾਏ ਜੀ। ਅੱਗੇ ਜੀ ਕੁਸ਼ਚਨ ਨੰਬਰ 3 ਸਿੱਖਾਂ ਦੇ 7ਵੇਂ ਗੁਰੂ ਜੀ ਦਾ ਜਨਮ ਕਿਹੜੇ ਸਥਾਨ 'ਤੇ ਹੋਇਆ ਤਾਂ ਇਸਦਾ ਜਿਹੜਾ ਸਹੀ ਆਂਸਰ ਹੈ ਜੀ ਆਪਸ਼ਨ ਬੀ ਹੈ ਜੀ ਕੀਰਤਪੁਰ ਸਾਹਿਬ ਵਿਖੇ ਹੋਇਆ ਸੀ ਜੀ 7ਵੇਂ ਗੁਰੂ ਸ਼੍ਰੀ ਗੁਰੂ ਹਰ ਰਾਏ ਜੀ ਦਾ ਜਨਮ ਔਰ ਜਨਮ ਜਿਹੜਾ ਹੋਇਆ ਸੀ ਉਹ 30 ਜਨਵਰੀ 1630 ਈਸਵੀ ਨੂੰ ਹੋਇਆ ਸੀ ਜੀ। ਅੱਗੇ ਜੀ ਕੁਸ਼ਚਨ ਨੰਬਰ 4 ਗੁਰੂ ਹਰ ਰਾਏ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਸੋ ਡਿਸਕਸ ਆਪਾਂ ਕਰ ਹੀ ਚੁੱਕੇ ਹਾਂ ਜੀ ਆਪਸ਼ਨ ਸੀ ਹੈ ਜੀ ਬਾਬਾ ਗੁਰਦਿੱਤਾ ਜੀ ਜੋ ਕਿ ਸਪੁੱਤਰ ਸੀ ਗੁਰੂ 6ਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ। ਕੁਸ਼ਚਨ ਨੰਬਰ 5 ਹੈ ਜੀ ਸਿੱਖ ਧਰਮ ਸਿੱਖ ਇਤਿਹਾਸ ਵਿੱਚ ਕਿਹੜੇ ਗੁਰੂ ਦਾ ਗੁਰੂ ਕਾਲ ਸ਼ਾਂਤਮਈ ਸੀ ਤਾਂ ਇਹਨਾਂ ਦੇ ਵਿੱਚੋਂ ਜਿਹੜਾ ਸ਼ਾਂਤਮਈ ਜੀਵਨ ਸੀ ਜਾਂ ਗੁਰੂ ਕਾਲ ਸੀ ਉਹ ਸੀ ਸ਼੍ਰੀ ਗੁਰੂ ਹਰ ਰਾਏ ਜੀ ਦਾ ਜੀ। ਕੁਸ਼ਚਨ ਨੰਬਰ ਅੱਗੇ ਹੈ ਜੀ 6 ਹੈ ਜੀ ਔਰੰਗਜ਼ੇਬ ਦੇ ਬੁਲਾਵੇ 'ਤੇ ਗੁਰੂ ਹਰ ਰਾਏ ਜੀ ਨੇ ਕਿਸ ਨੂੰ ਭੇਜਿਆ ਜੀ ਤਾਂ ਇਸਦਾ ਜਿਹੜਾ ਸਹੀ ਆਂਸਰ ਹੈ ਜੀ ਆਪਸ਼ਨ ਸੀ ਹੈ ਜੀ ਰਾਮ ਰਾਏ ਜੀ ਜੋ ਕਿ ਉਹਨਾਂ ਦੇ ਵੱਡੇ ਪੁੱਤਰ ਸੀ ਔਰ ਉਸ ਸਮੇਂ 14-15 ਸਾਲ ਦੇ ਸੀ ਜੀ ਉਹਨਾਂ ਨੂੰ ਜਿਹੜਾ ਹੈ ਔਰੰਗਜ਼ੇਬ ਦੇ ਬੁਲਾਵੇ 'ਤੇ ਗੁਰੂ ਜੀ ਨੇ ਭੇਜਿਆ ਸੀ ਜੀ। ਕੁਸ਼ਚਨ ਨੰਬਰ 7 ਹੈ ਜੀ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁੰਮਿਆਰ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਇਸ ਸਲੋਕ ਵਿੱਚ ਰਾਮ ਰਾਏ ਨੇ ਮੁਸਲਮਾਨ ਸ਼ਬਦ ਦੀ ਥਾਂ ਕਿਹੜਾ ਸ਼ਬਦ ਵਰਤਿਆ ਸੀ ਤਾਂ ਇਸਦਾ ਜਿਹੜਾ ਸਹੀ ਆਂਸਰ ਹੈ ਜੀ ਆਪਸ਼ਨ ਬੀ ਹੈ ਜੀ ਬੇਈਮਾਨ। ਸੋ ਮੁਸਲਮਾਨ ਸ਼ਬਦ ਦੀ ਥਾਂ 'ਤੇ ਰਾਮ ਰਾਏ ਜੀ ਨੇ ਜਿਹੜਾ ਹੈ ਬੇਈਮਾਨ ਸ਼ਬਦ ਵਰਤਿਆ ਸੀ ਜਿਸ ਤੋਂ ਔਰੰਗਜ਼ੇਬ ਭਾਵੇਂ ਸੰਤੁਸ਼ਟ ਹੋ ਗਿਆ ਪਰ ਗੁਰੂ ਜੀ ਜਿਹੜੇ ਨੇ ਉਹ ਨਾਰਾਜ਼ ਹੋ ਗਏ ਸੀ ਗੁਰੂ ਹਰ ਰਾਏ ਜੀ। ਅੱਗੇ ਜੀ ਕੁਸ਼ਚਨ ਨੰਬਰ 8 ਮਿੱਟੀ ਮੁਸਲਮਾਨ ਕੀ ਪੇੜੇ ਪਏ ਘੁੰਮਿਆਰ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਇਸ ਸ਼ਲੋਕ ਦੇ ਰਚਨਹਾਰ ਹਨ ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਏ ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਦੇ ਰਚਨਹਾਰ ਹਨ ਔਰ ਜੇਕਰ ਪੁੱਛਿਆ ਜਾਏ ਕਿ ਕਿਸ ਬਾਣੀ ਦੇ ਵਿੱਚੋਂ ਇਹ ਸਲੋਕ ਲਿਆ ਗਿਆ ਤਾਂ ਆਸਾ ਦੀ ਵਾਰ ਦੇ ਵਿੱਚੋਂ ਜਿਹੜਾ ਇਹ ਸ਼ਬਦ ਹੈ ਜਾਂ ਸ਼ਲੋਕ ਹੈ ਇਹ ਲਿਆ ਗਿਆ ਜੀ। ਅੱਗੇ ਜੀ ਕੁਸ਼ਚਨ ਨੰਬਰ 9 ਹੈ ਜੀ ਦਾਰਾ ਸ਼ਿਕੋਹ ਕੌਣ ਸੀ ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਸੀ
ਔਰੰਗਜ਼ੇਬ ਦਾ ਭਰਾ ਸੀ ਜੀ, ਜੋ ਕਿ ਸਾਮੂਗੜ੍ਹ ਦਾ ਯੁੱਧ ਜੋ ਕਿ 1658 ਈਸਵੀ ਦੇ ਵਿੱਚ ਹੋਇਆ ਸੀ ਜੀ, ਉਸ ਵਿੱਚ ਔਰੰਗਜ਼ੇਬ ਤੋਂ ਹਾਰ ਖਾਣ ਤੋਂ ਬਾਅਦ ਗੁਰੂ ਜੀ ਕੋਲ ਆਇਆ ਸੀ ਜੀ। ਅੱਗੇ ਜੀ ਕੁਸ਼ਚਨ ਨੰਬਰ 10, ਸ਼੍ਰੀ ਗੁਰੂ ਹਰਿਰਾਏ ਜੀ ਦੇ ਗੁਰੂ ਕਾਲ ਵਿੱਚ ਬਖਸ਼ੀਆਂ ਤੋਂ ਕੀ ਭਾਵ ਸੀ? ਆਪਸ਼ਨ ਏ ਹੈ ਜੀ ਦਾਨ ਦੇਣਾ, ਬੀ ਹੈ ਆਸ਼ੀਰਵਾਦ, ਸੀ ਹੈ ਜੀ ਪ੍ਰਚਾਰ ਦਾ ਮੁੱਖ ਕੇਂਦਰ। ਤਾਂ ਸਹੀ ਆਂਸਰ ਹੈ ਜੀ ਆਪਸ਼ਨ ਸੀ ਜੀ। ਸੋ ਬਖਸ਼ੀਆਂ ਦਾ ਜਿਹੜਾ, ਬਖਸ਼ੀਆਂ ਤੋਂ ਭਾਵ ਸੀ ਪ੍ਰਚਾਰ ਦਾ ਮੁੱਖ ਕੇਂਦਰ ਜੀ। ਔਰ ਗੁਰੂ ਹਰਿਰਾਏ ਜੀ ਦੇ ਸਮੇਂ ਜਿਹੜਾ ਹੈ ਤਿੰਨ ਬਖਸ਼ੀਆਂ ਜਾਂ ਬਖਸ਼ਿਸ਼ਾਂ ਦੀ ਜਿਹੜੀ ਸਥਾਪਨਾ ਜਿਹੜੀ ਉਹ ਕੀਤੀ ਗਈ ਸੀ। ਅੱਗੇ ਜੀ ਕੁਸ਼ਚਨ ਨੰਬਰ 11, ਬਿਮਾਰ ਅਤੇ ਗਰੀਬ ਲੋਕਾਂ ਲਈ ਕਿਹੜੇ ਗੁਰੂ ਸਾਹਿਬ ਨੇ ਦਵਾਖਾਨਾ ਖੋਲ੍ਹਿਆ ਸੀ? ਤਾਂ ਇਸਦਾ ਜਿਹੜਾ ਸਹੀ ਆਂਸਰ ਹੈ ਜੀ ਆਪਸ਼ਨ ਏ, 7ਵੇਂ ਗੁਰੂ ਸ਼੍ਰੀ ਗੁਰੂ ਹਰਿਰਾਏ ਜੀ ਨੇ। ਕੁਸ਼ਚਨ ਨੰਬਰ ਅੱਗੇ ਹੈ ਜੀ 12, ਸਾਮੂਗੜ੍ਹ ਦੇ ਯੁੱਧ ਕਦੋਂ ਹੋਇਆ? ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਬੀ, 1658 ਈਸਵੀ ਦੇ ਵਿੱਚ ਜਿਹੜਾ ਸਾਮੂਗੜ੍ਹ ਦਾ ਯੁੱਧ ਹੋਇਆ ਸੀ ਔਰੰਗਜ਼ੇਬ ਦੇ ਦਾਰਾ ਸ਼ਿਕੋਹ ਦੇ ਵਿੱਚ ਜੀ। ਕੁਸ਼ਚਨ ਨੰਬਰ 13 ਜੀ, ਗੁਰੂ ਹਰਿਰਾਏ ਜੀ ਦਾ ਸਮਕਾਲੀ ਮੁਗਲ ਸ਼ਾਸਕ ਕੌਣ ਸੀ? ਤਾਂ ਆਪਾਂ ਡਿਸਕਸ ਕਰ ਹੀ ਚੁੱਕੇ ਹਾਂ ਕਿ ਔਰੰਗਜ਼ੇਬ ਜਿਹੜਾ ਹੈ ਉਹ ਗੁਰੂ ਜੀ ਦਾ ਸਮਕਾਲੀ ਸੀ ਔਰ ਉਸਨੇ ਗੁਰੂ ਜੀ ਨੂੰ ਬੁਲਾਇਆ ਵੀ ਸੀ। ਨੈਕਸਟ ਹੈ ਜੀ ਕੁਸ਼ਚਨ ਨੰਬਰ 14, ਗੁਰੂ ਹਰਿਰਾਏ ਜੀ ਦੇ ਪੁੱਤਰਾਂ ਦੇ ਨਾਂ ਸਨ? ਤਾਂ ਇਸਦਾ ਸਹੀ ਜਿਹੜਾ ਆਂਸਰ ਹੈ ਆਪਸ਼ਨ ਸੀ ਹੈ ਜੀ, ਰਾਮ ਰਾਏ ਅਤੇ ਹਰਕ੍ਰਿਸ਼ਨ ਜੀ। ਨੈਕਸਟ ਹੈ ਜੀ ਕੁਸ਼ਚਨ ਨੰਬਰ 15, ਗੁਰੂ ਹਰਿਰਾਏ ਜੀ ਦੀ ਪਤਨੀ ਦਾ ਕੀ ਨਾਮ ਸੀ? ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਸੀ ਜੀ, ਸੋ ਸੁਲੱਖਣੀ ਜੀ ਵੀ ਲਿਖਿਆ ਆ ਸਕਦਾ ਔਰ ਇਸ ਦੇ ਨਾਲ ਜਿਹੜਾ ਹੈ ਕਿਸ਼ਨ ਕੌਰ ਵੀ ਲਿਖਿਆ ਆ ਸਕਦਾ ਜੀ। ਸੋ ਕਿਸ਼ਨ ਕੌਰ ਜਾਂ ਸੁਲੱਖਣੀ ਜਿਹੜਾ ਹੈ ਇੱਕ ਹੀ ਨਾਮ ਹੈ ਜੀ। ਅੱਗੇ ਜੀ ਕੁਸ਼ਚਨ ਨੰਬਰ 16 ਜੀ, ਗੁਰੂ ਹਰਿਰਾਏ ਜੀ ਦੇ ਸਮੇਂ ਕਿਹੜੇ ਵਿਅਕਤੀ ਨੇ ਸਿੱਖ ਧਰਮ ਦੇ ਵਿੱਚ ਪ੍ਰਵੇਸ਼ ਕੀਤਾ ਸੀ? ਆਪਸ਼ਨ ਹੈ ਜੀ ਭਗਤ ਗਿਰ, ਬੀ ਹੈ ਜੀ ਭਾਈ ਸੰਗਤੀਆ, ਸੀ ਹੈ ਜੀ ਭਾਈ ਗੁੰਦਾ। ਤਾਂ ਡੀ ਪ੍ਰੋਪਰ ਸਾਰੇ ਜੀ, ਸਹੀ ਆਂਸਰ ਜਿਹੜਾ ਹੈ ਆਪਸ਼ਨ ਡੀ ਹੈ ਜੀ, ਉਪਰੋਕਤ ਸਾਰੇ ਜਿਹੜੇ ਨੇ ਸਿੱਖ ਧਰਮ ਦੇ ਵਿੱਚ ਆ ਗਏ ਸੀ ਔਰ ਭਾਈ ਸੰਗਤੀਆ ਦਾ ਨਾਂ ਜਿਹੜਾ ਗੁਰੂ ਜੀ ਨੇ ਬਦਲ ਕੇ ਫੇਰੂ ਰੱਖ ਦਿੱਤਾ ਸੀ ਔਰ ਉਸਨੂੰ ਜਿਹੜਾ ਹੈ ਕੇਂਦਰੀ ਪੰਜਾਬ ਦੇ ਲਾਹੌਰ, ਕਸੂਰ, ਚੁੰਨੀਆਂ ਆਦਿ ਇਲਾਕਿਆਂ ਵਿੱਚ ਪ੍ਰਚਾਰਕ ਥਾਪਿਆ ਸੀ ਜੀ। ਅਗਲਾ ਕੁਸ਼ਚਨ ਹੈ ਜੀ 17, ਗੁਰੂ ਹਰਿਰਾਏ ਜੀ ਕਦੋਂ ਜੋਤੀ ਜੋਤ ਸਮਾਏ? ਤਾਂ ਇਸਦਾ ਜਿਹੜਾ ਸਹੀ ਆਂਸਰ ਹੈ ਜੀ ਆਪਸ਼ਨ ਏ ਹੈ ਜੀ, 6 ਅਕਤੂਬਰ 1661 ਈਸਵੀ ਨੂੰ ਗੁਰੂ ਜੀ ਜਿਹੜਾ ਹੈ ਕੀਰਤਪੁਰ ਵਿਖੇ ਜਿਹੜਾ ਹੈ ਜੋਤੀ ਜੋਤ ਸਮਾਏ ਸੀ ਜੀ। ਅਗਲਾ ਕੁਸ਼ਚਨ ਹੈ ਜੀ ਕੁਸ਼ਚਨ ਨੰਬਰ 18, ਗੁਰੂ ਹਰਿਰਾਏ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਥਾਪਿਆ ਸੀ? ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਬੀ, ਸ਼੍ਰੀ ਹਰਕ੍ਰਿਸ਼ਨ ਜੀ ਨੂੰ ਆਪਣਾ ਜਿਹੜਾ ਹੈ ਉੱਤਰਾਧਿਕਾਰੀ ਥਾਪਿਆ ਸੀ, ਜੋ ਕਿ ਗੁਰੂ ਹਰਿਰਾਏ ਜੀ ਦੇ ਛੋਟੇ ਸਪੁੱਤਰ ਸੀ ਜੀ। ਸੋ ਇਹ ਸੀ ਜੀ ਅੱਜ ਦੇ ਆਪਣੇ ਇੰਪੋਰਟੈਂਟ ਕੁਸ਼ਚਨ ਜੀ। ਸੋ ਨੈਕਸਟ ਵੀਡੀਓ ਦੇ ਆਪਾਂ ਵਿੱਚ ਜਿਹੜਾ ਹੈ ਸਿੱਖ ਧਰਮ ਦੇ 8ਵੇਂ ਗੁਰੂ ਸ਼੍ਰੀ ਹਰਕ੍ਰਿਸ਼ਨ ਜੀ ਦੇ ਜੀਵਨ ਅਤੇ ਘਟਨਾਵਾਂ ਦੇ ਨਾਲ ਸੰਬੰਧਿਤ ਮਹੱਤਵਪੂਰਨ ਕੁਸ਼ਚਨ ਆਨਸਰ ਕਰਾਂਗੇ ਜੀ। ਸੋ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ ਜੀ ਔਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਾਂ ਜੀ। ਥੈਂਕ ਯੂ ਫੋਰ ਵਾਚਿੰਗ ਦਾ ਵੀਡੀਓ।